ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਚੱਲ ਰਹੇ ਇਸ ਵਿਆਹ ਸਮਾਗਮ 'ਚ ਉਸ ਵੇਲੇ ਰੁਕਾਵਟ ਪੈ ਗਈ ਜਦੋਂ ਪਹਿਲੀ ਪਤਨੀ ਮੌਕੇ ਤੇ ਪੁਲਿਸ ਦੇ ਨਾਲ ਪਹੁੰਚ ਗਈ ਅਤੇ ਇਸ ਵਿਆਹ ਨੂੰ ਰੁਕਵਾ ਕੇ ਲਾੜੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦਰਅਸਲ ਪਹਿਲੀ ਪਤਨੀ ਰੀਨਾ ਦੇ ਮੁਤਾਬਕ ਉਸ ਦੇ ਪਤੀ ਨੇ ਕਿਹਾ ਸੀ ਕਿ ਉਹ ਆਪਣੇ ਪੇਕੇ ਚਲੀ ਜਾਵੇ ਕਿਉਂਕਿ ਉਸ ਨੂੰ 4-5 ਦਿਨ ਲਈ ਕੰਮ ਵਾਸਤੇ ਬਾਹਰ ਜਾਣਾ ਪਏਗਾ ਤੇ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਇੱਕ ਫੋਨ ਆਇਆ ਕਿ ਉਸ ਦਾ ਪਤੀ ਦੂਜਾ ਵਿਆਹ ਕਰਵਾ ਰਿਹਾ ਤਾਂ ਰੀਨਾ ਤੁਰੰਤ ਪੁਲਿਸ ਦੇ ਨਾਲ ਮੌਕੇ ਤੇ ਪਹੁੰਚ ਗਈ। ਰੀਨਾ ਦੇ ਮੁਤਾਬਕ ਉਸ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਨੇ ਅਤੇ ਉਸ ਦੇ 2 ਬੱਚੇ ਵੀ ਨੇ। ਮੈਨੂੰ ਹਸਬੈਂਡ ਮੇਰੇ ਛੱਡ ਕੇ ਗਏ, ਮੈਨੂੰ ਕਹਿੰਦੇ ਤੁਸੀਂ 4 ਦਿਨ ਪੇਕੇ ਲਾਇਓ, ਮੈਨੂੰ ਕੰਮ ਆ ਮੈਂ ਬਾਹਰ, ਤੇ ਜਦੋਂ ਮੇਰਾ ਕੰਮ ਹੋ ਜਾਏਗਾ ਮੈਂ ਤੈਨੂੰ ਦੀਵਾਲੀ ਤੋਂ ਪਹਿਲਾਂ ਲੈ ਆਵਾਂਗਾ। ਤੇ ਮੈਨੂੰ ਆਹ ਕੋਈ ਗੱਲ ਦਾ ਖਬਰ ਖੁਬਰ ਨਹੀਂ ਸੀਗੀ ਕਿ ਆਏ ਤਾਂ ਮੈਰਿਜ ਕਰਾ ਰਿਹਾ। ਸਾਨੂੰ ਕਿਸੇ ਦਾ ਫੋਨ ਆਇਆ ਤੇ ਉਹਨਾਂ ਨੇ ਆਪਣਾ ਨਾਂ ਹੀ ਕੋਈ ਵੀ ਦੱਸਿਆ ਤੇ ਉਹ ਦੱਸਣ ਦੇ ਸੀਗੇ ਕਿ ਤੁਸੀਂ ਆਪਣਾ ਘਰ ਬਚਾ ਲਓ, ਤੁਹਾਡੇ ਛੋਟੇ ਛੋਟੇ ਬੱਚੇ ਆ, ਜ਼ਿੰਦਗੀ ਖਰਾਬ ਹੋ ਰਹੀ ਹੈ, ਤੁਸੀਂ ਆ ਕੇ ਨਾ ਜਿੰਨੀ ਛੇਤੀ ਹੋ ਸਕਦਾ ਰੁਕਾ ਲਓ ਆਹ ਕੰਮ। ਤੇ ਅਸੀਂ ਉਸੇ ਵੱਲੇ ਨਿਕਲੇ ਆਏ ਹਾਂ। ਮੇਰੇ ਵਿਆਹ ਨੂੰ 9 ਸਾਲ ਹੋ ਗਏ। ਕਿੰਨੇ ਬੱਚੇ ਆ? ਮੇਰੇ 2 ਬੇਟੀਆਂ, ਹਾਂਜੀ, ਇੱਕ 5 ਸਾਲ ਦੀ ਬੇਟੀ ਹੈ, ਇੱਕ 8 ਸਾਲ ਦੀ ਹੈ। ਮੇਰੇ ਨਾਲ ਬਹੁਤ ਸਹੀ ਰਹਿ ਰਹੇ ਹਾਂ, ਹੁਣ ਮੈਨੂੰ ਨਹੀਂ ਪਤਾ ਕੀ ਵਿਚਲੀਆਂ ਗੱਲਾਂ ਵਾ, ਜਾਂ ਕੁੜੀ ਕੋਈ ਹੋਊਗੀ ਮਗਰ ਲੱਗੀ, ਬਲੈਕਮੇਲ ਕਰਦੀ ਹੋਊਗੀ ਇਹਨਾਂ ਨੂੰ ਕੁਛ। ਉਧਰ ਪੁਲਿਸ ਦੇ ਮੁਤਾਬਕ ਵਿੱਕੀ ਨਾਮ ਦਾ ਮੁੰਡਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਜੋ ਦੂਜਾ ਵਿਆਹ ਕਰਵਾਉਣ ਜਾ ਰਿਹਾ ਸੀ, ਜਿਸ ਦੇ ਬਾਅਦ ਪੁਲਿਸ ਨੇ ਵਿੱਕੀ ਨੂੰ ਮੌਕੇ ਤੋਂ ਫੜ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਵਿੱਕੀ ਨਾਂ ਦਾ ਨੌਜਵਾਨ ਕਿਹੜਾ ਜੋ ਪਹਿਲਾਂ ਤੋਂ ਹੀ ਵਿਆਹਿਆ ਹੈ, ਕੁਮਾਰ ਹੋਟਲ ਦੇ ਅੰਦਰ ਕੁਆਰੀ ਲੜਕੀ ਨਾਲ ਦੁਬਾਰਾ ਸ਼ਾਦੀ ਕਰ ਰਿਹਾ, ਜਿਸ 'ਤੇ ਅਸੀਂ ਮੌਕੇ 'ਤੇ ਪਹੁੰਚੇ। ਲੜਕੀ ਵਾਲੇ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹ ਅਜੇ ਅਸੀਂ ਜਾਂਚ ਕਰ ਰਹੇ ਹਾਂ, ਪਰ ਇਹ ਪਤਾ ਲੱਗਾ ਵੀ ਪਹਿਲਾਂ ਤੋਂ ਹੀ ਵਿਆਹਿਆ ਸੀ ਅਤੇ ਪਹਿਲੀ ਵਾਈਫ ਨੂੰ ਤਲਾਕ ਨਹੀਂ ਸੀ ਦਿੱਤਾ ਅਤੇ ਦੂਜੀ ਨਾਲ ਸ਼ਾਦੀ ਕਰ ਰਿਹਾ ਸੀ ਉਹਨੂੰ ਬਿਨਾਂ ਦੱਸੇ। ਇਹ ਅਜੇ ਅਸੀਂ ਬਿਆਨ ਲੈ ਰਹੇ, ਉਹਨਾਂ ਦੀ ਇਨਕੁਆਇਰੀ ਕਰ ਰਹੇ, ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਊਗੀ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ।